ਇਹ ਫਿਲਮ ਅਲੱਗ ਫਿਲਮ ਆ ਥੋੜ੍ਹੀ ਜਿਹੀ ਦੂਜੀਆਂ ਫਿਲਮਾਂ ਦੇ ਨਾਲੋਂ, ਕਿਉਂਕਿ ਦੂਸਰੇ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਪੇਂਡੂ ਦਬਕਾ ਦਿਖਾਇਆ ਜਾਂਦਾ ਹੈ ਨਾ, ਅਤੇ ਇਹ ਇੱਕ ਸ਼ਹਿਰੀ ਲੁੱਕ ਵਾਲੀ ਫਿਲਮ ਆ। ਮੈਨੂੰ ਲੱਗਦਾ ਕਿ ਕਾਫੀ ਟਾਈਮ ਬਾਅਦ ਇੱਦਾਂ ਦੀ ਕੋਈ ਫਿਲਮ ਆਈ ਹੈ। ਕਾਮੇਡੀ ਹੈ ਲੇਕਿਨ ਕਿਤੇ ਕਿਤੇ ਹਲਕੀ ਫੁਲਕੀ ਤੁਹਾਨੂੰ ਹਾਸੀ ਵੀ ਹੁੰਦੀ ਆ, ਅਤੇ ਇਮੋਸ਼ਨਲ ਵੀ ਕਿੰਨੀ ਸੀ ਵਿੱਚੋਂ ਵਿੱਚੋਂ। ਅਸੀਂ ਹਜੇ ਐਕਟਰ ਹਾਂ ਅਤੇ ਫਿਰ ਵੀ ਕਿਤੇ ਕਿਤੇ ਦੋ ਤਿੰਨ ਜਗ੍ਹਾ 'ਤੇ ਤਾਂ ਮੇਰੀ ਆਪਣੀ ਅੱਖਾਂ ਨਮ ਹੋਈਆਂ ਨੇ। ਕੰਮ ਦੀ ਹੁੰਦੀ ਆ, ਭੁੱਖ ਹੁੰਦੀ ਆ, ਹਰ ਤਰ੍ਹਾਂ ਦੇ ਵਿਆਹ ਵੀ ਕਰੈਕਟ ਕਰ ਲਏ, ਹਰ ਤਰ੍ਹਾਂ ਦੇ ਕਰ ਸਕਦੇ ਹਾਂ, ਪਰ ਚਲੋ ਜਿਹੜਾ ਮਿਲਦਾ ਹਜੇ ਉਹਦੇ 'ਚ ਆਪਾਂ ਖੁਸ਼ ਹਾਂ, ਬਸ ਜਿਹੜਾ ਮਿਲ ਜਾਂਦਾ ਵਧੀਆ। ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਜਾਂਦੇ ਹਾਂ ਅਤੇ ਤਾਂ ਹੀ ਬੰਦਾ ਫੋਨ 'ਤੇ ਵੀ ਬੈਠਾ ਰਹਿੰਦਾ, ਕੋਈ ਸਾਡੇ ਘਰਾਂ 'ਚ ਵੀ ਆਉਂਦਾ ਤਾਂ ਹੀ ਬੰਦਾ ਬੱਚੇ ਸਾਡੇ ਫੋਨਾਂ 'ਤੇ ਲੱਗੇ ਰਹਿੰਦੇ ਨੇ। ਪਰ ਇਹ ਫਿਲਮ ਵੇਖ ਕੇ ਮੈਨੂੰ ਐਂ ਲੱਗਦਾ ਕਿ ਨਹੀਂ, ਬੱਚਿਆਂ ਨੂੰ ਥੋੜ੍ਹਾ ਜਿਹਾ ਮਹਿਸੂਸ ਹੋਊਗਾ ਵੀ ਰਿਸ਼ਤੇ ਕੀ ਚੀਜ਼ ਹੁੰਦੇ ਨੇ। ਸਤਿ ਸ਼੍ਰੀ ਅਕਾਲ ਐਵਰੀਵਨ, ਮੈਂ ਸ਼ਿਵਾਂਗੀ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਦੇਸੀ ਚੈਨਲ। ਅੱਜ ਪਹੁੰਚੇ ਸੀ ਉਹੀ ਮੱਖਣਾ ਦੇ ਪ੍ਰੀਮੀਅਰ 'ਤੇ, ਅਤੇ ਅੱਜ ਇੱਥੇ ਸਾਡੀ ਮੁਲਾਕਾਤ ਹੋਊਗੀ ਮੈਡਮ ਸਤਵੰਤ ਕੌਰ ਜੀ ਦੇ ਨਾਲ, ਸਿੰਗਰਸ ਬਲਿੰਕ ਉਹਦਾ ਪੰਜਾਬ, ਅਰਦਾਸ ਕਰਨ ਰੱਬਤਾ ਰੇਡੀਓ ਅਤੇ ਨਮਸਤੇ ਇੰਗਲੈਂਡ ਵਰਗੀਆਂ ਫਿਲਮਾਂ ਦੇ ਵਿੱਚ ਆਪਣੇ ਵੱਖਰੇ ਅੰਦਾਜ਼ ਅਤੇ ਕਿਰਦਾਰ ਦੇ ਨਾਲ ਇਹ ਆਲਵੇਜ਼ ਫੈਨਸ ਦੇ ਦਿਲ 'ਚ ਘਰ ਕਰ ਜਾਂਦੇ ਨੇ। ਇਸ ਵਾਰੀ ਇਹ ਇੱਕ ਸ਼ਰਾਰਤੀ ਬੱਚੇ ਦੇ ਮੰਮਾ ਬਣੇ ਨੇ, ਸੋ ਇਸ ਵਾਰੀ ਵੀ ਇੱਕ ਕਿਰਦਾਰ ਵੱਖਰਾ ਦੇਖਣ ਨੂੰ ਮਿਲ ਰਿਹਾ। ਕਿੰਨੀ ਕੁ ਐਕਸਾਈਟਡ ਹੋ ਤੁਸੀਂ ਇਸ ਫਿਲਮ ਨੂੰ ਲੈ ਕੇ? ਮੈਂ ਬਹੁਤ ਹੀ ਐਕਸਾਈਟਡ ਸੀ ਸ਼ੁਰੂ ਤੋਂ ਹੀ, ਜਦੋਂ ਇਹ ਫਿਲਮ ਮੇਰੇ ਹੱਥ 'ਚ ਆਈ ਆ ਮੈਂ ਉਦੋਂ ਤੋਂ ਹੀ ਬਹੁਤ ਐਕਸਾਈਟਡ ਸੀਗੀ, ਕਿਉਂਕਿ ਇਹ ਫਿਲਮ ਅਲੱਗ ਫਿਲਮ ਆ ਥੋੜ੍ਹੀ ਜਿਹੀ ਦੂਜੀਆਂ ਫਿਲਮਾਂ ਦੇ ਨਾਲੋਂ, ਕਿਉਂਕਿ ਦੂਸਰੇ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਪੇਂਡੂ ਦਬਕਾ ਦਿਖਾਇਆ ਜਾਂਦਾ ਹੈ ਨਾ, ਅਤੇ ਇਹ ਇੱਕ ਸ਼ਹਿਰੀ ਲੁੱਕ ਵਾਲੀ ਫਿਲਮ ਆ। ਮੈਨੂੰ ਲੱਗਦਾ ਕਿ ਕਾਫੀ ਟਾਈਮ ਬਾਅਦ ਇੱਦਾਂ ਦੀ ਕੋਈ ਫਿਲਮ ਆਈ ਹੈ, ਅਤੇ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਸੀਗੀ। ਫਿਲਮਾਂ ਕਹਿੰਦੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਰੋਮਾਂਟਿਕ ਹੋ ਰਹੀਆਂ ਨੇ ਜਾਂ ਫਿਰ ਕਾਮੇਡੀ, ਇੱਕ ਵੱਖਰਾ ਜੋਨਰ, ਕਿਉਂਕਿ ਐਂਟਰਟੇਨਮੈਂਟ ਲਈ ਹਰ ਫਿਲਮ ਬਣਦੀ ਹੈ, ਬਟ ਕੋਈ ਕੋਈ ਫਿਲਮ ਇੱਦਾਂ ਦੀ ਹੁੰਦੀ ਹੈ ਜੋ ਕਿ ਵੱਖਰਾ ਮੈਸੇਜ ਛੱਡ ਕੇ ਜਾਂਦੀ। ਇਹ ਫਿਲਮ ਵੀ ਇੱਕ ਰਿਸ਼ਤੇ ਨੂੰ ਦਰਸਾਉਂਦੀ ਹੈ। ਹਾਂ, ਇਹ ਫਿਲਮ ਇੱਕ ਵੱਖਰੀ ਹੈਗੀ, ਇਹ ਰਿਸ਼ਤੇ ਨੂੰ ਦਰਸਾਊਗੀ ਫਿਲਮ ਇਹ, ਅਤੇ ਵੱਖਰਾ ਹੀ ਆਪਣਾ ਇੱਕ ਜੋਨਰ ਛੱਡ ਕੇ ਜਾਊਗੀ। ਇਹ ਟ੍ਰੈਂਡ ਚੇਂਜ ਹੋਊਗਾ, ਮੈਨੂੰ ਲੱਗਦਾ ਕਿ ਇਸ ਤੋਂ ਫਿਲਮ ਤੋਂ ਟ੍ਰੈਂਡ ਚੇਂਜ ਹੋਊਗਾ, ਕਿਉਂਕਿ ਬਹੁਤ ਵਧੀਆ ਸਟੋਰੀ ਆ। ਬਾਕੀ ਸਿਮਰ ਜੀ ਹੈ, ਤੁਹਾਨੂੰ ਪਤਾ ਹੈ, ਵਧੀਆ ਘੈਂਟ ਡਾਇਰੈਕਟਰ ਆ। ਐਮੀ ਵੀ ਘੈਂਟ ਬੰਦੇ ਨੇ, ਗੁੱਬੂ ਜੀ ਹੈ ਸਾਰੇ, ਹਾਂ ਸਾਰੇ ਬਹੁਤ। ਗੁੱਬੂ ਜੀ ਨੇ ਫਸਟ ਟਾਈਮ ਕਮੇਡੀ ਟਾਈਪ ਕੀਤੀ ਹੈ ਨਾ, ਵਧੀਆ। ਅਤੇ ਇਹ ਡਿਫਰੈਂਟ ਫਿਲਮ ਆ, ਕੋਈ ਕਮੇਡੀ ਹੈ ਲੇਕਿਨ ਕਿਤੇ ਕਿਤੇ ਹਲਕੀ ਫੁਲਕੀ ਤੁਹਾਨੂੰ ਹਾਸੀ ਵੀ ਆਉਂਦੀ ਆ, ਅਤੇ ਇਮੋਸ਼ਨਲ ਵੀ ਕਿੰਨੀ ਸੀ ਵਿੱਚੋਂ ਵਿੱਚੋਂ। ਅਸੀਂ ਹਜੇ ਐਕਟਰ ਹਾਂ ਅਤੇ ਫਿਰ ਵੀ ਕਿਤੇ ਕਿਤੇ ਦੋ ਤਿੰਨ ਜਗ੍ਹਾ 'ਤੇ ਤਾਂ ਮੇਰੀ ਆਪਣੀਆਂ ਅੱਖਾਂ ਨਮ ਹੋਈਆਂ ਨੇ। ਕਿੰਨਾ ਰੋਈ? ਕਿੰਨਾ ਰੋਈ ਆ? ਹਾਂ, ਮੇਰੀਆਂ ਭਰ ਆਈਆਂ ਸੀ ਅੱਖਾਂ, ਮੈਂ ਵੈਸੇ ਵੀ ਥੋੜ੍ਹੀ ਇਮੋਸ਼ਨਲ ਹਾਂ, ਅਤੇ ਦੋ ਤਿੰਨ ਜਗ੍ਹਾ 'ਤੇ ਮੇਰੀਆਂ ਅੱਖਾਂ ਨਮ ਹੋਈਆਂ। ਸੋ ਜਦ ਫਿਲਮ ਦੀ ਸਕ੍ਰਿਪਟ ਤੁਹਾਡੇ ਕੋਲ ਪਹੁੰਚੀ ਸੀ, ਕਿਹੜਾ ਕਨਸੈਪਟ ਮਾਈਂਡ ਦੇ ਵਿੱਚ ਕਹਿ ਗਿਆ ਕਿ ਨਹੀਂ ਬਈ ਇਹ ਫਿਲਮ ਕਰਨੀ ਚਾਹੀਦੀ ਹੈ? ਇਹ ਜਦੋਂ ਇਹਨਾਂ ਨੇ ਪਲੈਨ ਕੀਤੀ ਸੀ ਸਿਮਰ ਜੀ ਉਹਨਾਂ ਨੇ ਫਿਲਮ, ਤਾਂ ਸਿਮਰ ਜੀ ਵੈਸੇ ਮੈਨੂੰ ਬਹੁਤ ਪੁਰਾਣੇ ਜਾਣਦੇ ਨੇ, ਇਹ ਸਾਰੀ ਟੀਮ ਹੀ ਮੈਨੂੰ 15-20 ਸਾਲਾਂ ਤੋਂ ਜਾਣਦੀ ਹੈ। ਅਸੀਂ ਮੇਰੇ ਖਿਆਲ 2002-3 ਦੇ ਵਿੱਚ ਗੁਰਦਾਸ ਮਾਨ ਜੀ ਦੀ ਫਿਲਮ ਕੀਤੀ ਸੀ ਬਾਰਿਸ਼ਾ, ਉਦੋਂ ਦੇ ਮੈਨੂੰ ਸਿਮਰ ਜੀ ਜਾਣਦੇ ਨੇ, ਅਤੇ ਗਦਰ ਬਾਈ ਹੈਗੇ ਨੇ ਉਹ ਵੀ ਸਾਨੂੰ, ਹਾਂਜੀ ਇਹ ਸਾਰੇ ਜਾਣਦੇ ਸੀਗੇ। ਅਤੇ ਜਦੋਂ ਇਹ ਫਿਲਮ ਕਰਨ ਲੱਗੇ ਸੀ ਉਦੋਂ ਫਿਰ ਇਹਨਾਂ ਨੂੰ ਸਕ੍ਰਿਪਟ ਜਦੋਂ ਸਿਮਰ ਜੀ ਕੋਲ ਆਈ, ਤਾਂ ਉਹਨਾਂ ਨੇ ਫਿਰ ਇਹ ਸੋਚਿਆ ਕਿ ਯਾਰ ਇਹ ਕਰੈਕਟਰ ਇੱਕ ਸਾਨੂੰ ਸ਼ਹਿਰੀ ਲੇਡੀ ਚਾਹੀਦੀ ਹੈ, ਹੈ ਨਾ, ਵਧੀਆ ਪੰਜਾਬੀ ਵੀ ਵਧੀਆ ਬੋਲਦੀ ਹੋਵੇ, ਲੁੱਕ ਵੀ ਪੰਜਾਬੀ ਲੱਗੇ, ਪਰ ਉਹ ਵੀ ਸ਼ਹਿਰ ਦੀ, ਹੈ ਨਾ, ਜਿਵੇਂ ਪਿੰਡ 'ਚੋਂ ਸ਼ਹਿਰ ਗਏ ਹੁੰਦੇ ਨੇ। ਤਾਂ ਫਿਰ ਉਹਨਾਂ ਨੇ ਜਦੋਂ ਕਿਤੇ ਸਲਾਹ ਕੀਤੀ, ਫਿਰ ਕਹਿੰਦੇ ਕਿ ਯਾਰ ਇਹ ਸਤਵੰਤ ਮੈਡਮ ਨੂੰ ਸੂਟ ਕਰਦਾ ਇਹ, ਵੀ ਥੋੜ੍ਹੀ ਜਿਹੀ ਨੌਕਰੀ ਪੇਸ਼ੇ ਵਾਲੀ ਲੇਡੀ ਹੈਗੀ ਆ, ਕੰਮ ਵੀ ਕਰਦੀ ਆ, ਨੌਕਰੀ ਨੌਕਰੀ ਕਰਦੀ ਉਹ, ਹੈ ਨਾ, ਅਤੇ ਉਹ ਤਾਂ ਇੱਦਾਂ ਦਾ ਕਰੈਕਟਰ ਚਾਹੀਦਾ। ਇਹ ਤਾਂ ਮੇਰੇ ਕੋਲ ਫਿਲਮ ਆਈ ਸੀ। ਸੁਖਵੰਤ ਜੀ ਨੂੰ ਪਰਸਨਲੀ ਕਿੱਦਾਂ ਦੀਆਂ ਫਿਲਮਾਂ ਪਸੰਦ ਹਨ? ਪਰਸਨਲੀ ਮੈਨੂੰ ਦੇਖੋ, ਆਪਾਂ ਤਾਂ ਐਕਟਰ ਨੂੰ ਤਾਂ ਹਰ ਤਰ੍ਹਾਂ ਦੀਆਂ ਕੰਮ ਦੀ ਹੁੰਦੀ ਹੈ, ਭੁੱਖ ਹੁੰਦੀ ਹੈ, ਹਰ ਤਰ੍ਹਾਂ ਦੇ ਵਿਆਹ ਵੀ ਕਰੈਕਟ ਕਰ ਲਏ, ਹਰ ਤਰ੍ਹਾਂ ਦੇ ਕਰ ਸਕਦੇ ਆ, ਪਰ ਚਲੋ ਜਿਹੜਾ ਮਿਲਦਾ ਹਜੇ ਉਹਦੇ 'ਚ ਆਪਾਂ ਖੁਸ਼ ਹਾਂ, ਬਸ ਜਿਹੜਾ ਮਿਲ ਜਾਂਦਾ ਵਧੀਆ। ਸੋ ਹੁਣ ਇਸ ਫਿਲਮ ਦੇ ਵਿੱਚ ਇੱਕ ਪਿਆਰ ਦਰਸਾਇਆ ਗਿਆ ਹੈ, ਆਪਣੇ ਪਿਆਰ ਲਈ ਮੁੰਡਾ ਇਹ ਕੁਛ ਕਾਰਾ ਕਰਦਾ ਹੈ, ਅਤੇ ਅੱਜ ਸਮਾਜ ਦੀ ਹਕੀਕਤ ਵੀ ਹੈ ਕਿਤੇ ਨਾ ਕਿਤੇ। ਸੋ ਤੁਹਾਡੇ ਨਜ਼ਰੀਏ, ਤੁਸੀਂ ਬੀਂਗ ਕਈਆਂ ਦੇ ਇੰਸਪੀਰੇਸ਼ਨ ਨੂੰ ਸੀਨੀਅਰ ਆਰਟਿਸਟ ਤੋਂ, ਅਤੇ ਲੋਕ ਜਿਹੜੇ ਇਸ ਟਾਈਮ ਯੰਗਸਟਰ ਸਾਨੂੰ ਦੇਖ ਰਹੇ ਨੇ, ਯੰਗਸਟਰਸ ਲਈ ਇਹ ਮੂਵੀ ਬਹੁਤ ਜ਼ਿਆਦਾ ਪ੍ਰੇਰਣਾਦਾਇਕ ਹੋਣ ਵਾਲੀ ਹੈ, ਸੋ ਤੁਸੀਂ ਦੱਸੋ ਕਿ ਤੁਹਾਡੇ ਲਈ ਪਿਆਰ ਕੀ ਹੈ, ਪਿਆਰ ਦਾ ਮਤਲਬ ਕੀ? ਪਿਆਰ ਦਾ ਮਤਲਬ ਇਹ ਕਿ ਸਾਡੇ 'ਚ ਉਹ ਚੀਜ਼ ਖਤਮ ਹੋ ਚੁੱਕੀ ਆ ਹੁਣ, ਹੈ ਨਾ, ਅਸੀਂ ਦੇਖਿਆ ਹੋਇਆ ਇਹ ਜੌਨ ਜਿਹੜਾ ਅਸੀਂ ਰਿਸ਼ਤਿਆਂ ਦਾ ਦੇਖਿਆ, ਇਹ ਚਾਚੇ ਦਾ, ਇਹ ਮਾਮਿਆਂ ਦਾ,
यह प्यार देखा है, पर हुण दे टाइम च बहुत घट गया है, घट गया क्योंकि असी सारे बस एक प्रैक्टिकल जहा हो गया, फोन पर हाल चाल पूछ लो, फोन पर इदा, फोन पर इदा। हूँ ये एक चाचे भतीजे की किन्नी बॉन्डिंग दिखाई है ना, तो वो जी हूँ साढ़े अज के टाइम से जिम्मे साढ़े सोशल मीडिया ने जगह ले ली है, फोन सारा दिन हाथ च, कि किसी रिश्तेदारों के घर भी जाने ता ही बंदा फोन पर भी बैठा रहा, कोई साढ़े घर से भी आता ता ही बंद बच्चे साढ़े फोन पर ही लगे रहते हैं। पर यह फिल्म देख के मैं ऐ लगता कि नहीं, बच्चों थोड़ा जा महसूस होगा भी रिश्ते की चीज़ होंगे। ड्यूरिंग शूट जरूर पूछना चाहूँगी कि एमी और तानिया की जो जोड़ी हो मस्ती ना हो तो हो नहीं सकता, किन्ना इंजॉय किया उन्होंने खट्टे मिठे जे पास? सारी फिल्म इंजॉय किया है क्योंकि एक तो असं सारी टीम पुरानी सी, पुरानी नवा कोई नहीं सी, एमी जी ना मैं किन्नियां फिल्मां कर लिया ने, चाहे वह मदर का हो चाहे ना भी मदर का हो, पर कट्ठिया ने किन्नियां पांच छे फिल्मां कीतियां मैं एमी जी ना, गुगू जी ना भी बहुत सारी फिल्मां पांच छे गुगू जी ने कीतियां ने, तो रोज़ मैडम भी तरसेम जी ना तो पता नहीं किन्नी कि फिल्मां कर लिया, इस करके इतने इन्ना कंफर्टेबल रहना असी, कोई इदा नहीं वैसे सानू लगता ही नहीं हुंदा गा असी कितें भी बड़े मस्ती जी ना कम करते हैं, बाकी डायरैक्टर भी थोड़ा पता बड़े कूल है, सारे कूल परसन सके, तो बाकी एमी नेचर वाइज बहुत वधिया, बहुत ही उन्हें सैट पर आना हर किसी ना मतलब वधिया प्यार ना बोलना, तानिया भी बहुत वधिया, जो तो सारे जने वधिया होंगे, सिद्दीका सिद्दीका ना मैं पहला फुफड़ी जी मूवी की मेरी बेटी बनी सी ना, तो वह बहुत वधिया है नेचर भी, तो जो जो एक्टर सारी इदा वधिया प्यार ना एक दूजे ने मिलते हो ना, तो उत्थे काम औखा लगता नहीं है, उत्थे डायलॉग भी थोड़ी आए जाते मिनटों मिनटी, तो जिते थोड़ी जी हो झिझक जी हो फिर उत्थे बंदा ये सोचता भी पता नहीं की है ना, जिन्ना मैं कहनी कि एक्टर आपस में कंफर्टेबल जॉन होएगा तो उन्ना काम वधिया निकलता। हुण इस फिल्म तो चलो सुपर डुपर हिट रहेगी रहेगी ऑफकोर्स, क्योंकि मैसेज भी बखरा कॉन्सैप्ट है, मैसेज भी इन्ना सोहना ये कन्वे कर रही है। हुण तुहाडे अपकमिंग प्रोजेक्ट्स की जे गल करिए इस तो बाद? मेरे अपकमिंग प्रोजेक्ट है वैसे तो हजे लॉकडाउन जी फिल्म बनी उ नहीं रिलीज हुई, पर जिहड़ियां हुण आ रही ने मेरिया, एक मैं बहुत वधिया प्रोजेक्ट कर रही हूँ पर मैं हजे कुछ उन्होंने डिस्कलोज नहीं करना गा, ये जड़े गेटअप रखी हो उसी बारे कल में शूट पर जाना, इस करके फिर उन्होंने मना किया भी तुम कुछ नहीं इदा करना गा, सब्जेक्ट वो भी है तो मदर का ही है पर वो एक जोन ही लग गया। अजे भी तुसी बहुत यंग लगते हो, बहुत ज्यादा खूबसूरत लगते हो, खूबसूरती का की राज है? बुढ़ापा इतना आ गया कोई खास मंत्रा कादा मेरी फिटनेस ना? ओ नहीं कोई कादा मंत्रा है, कोई मंत्रा नहीं है, मैं नहीं इदा परवाह करती, काम करना मदर दे रोल करने हैं बस करी जाने वधिया मिल जाते हैं, कोई इदा दा कुछ नहीं है बस। सो हुण की कहना चाहोगे साडे फैंस ते दर्शकां नूं? मैं सारे फैंस में यही कहना चाहती हूँ कि तुम आओ फिल्म देखो, बहुत सोहनी फिल्म आ, और जो तुम सानू प्यार दोगे तो ही असं काम करेंगे, मैं तो अपने सारे फैंस में यही कहूँगी कि थोड़े मतलब की फिल्म थोड़ी देखनी चाहिए। सो असी भी ये जरूर कहेंगे कि ये वखरा कॉन्सैप्ट बहुत सोहना मैसेज डिलीवर कर रही है, सो 4 नवंबर जरूर देखने जाए ओए मखना।